ਕੀ ਨਾਂ ਜੀ ਭਾਜੀ ਆਪਣਾ? ਇੰਦਰਜੀਤ ਸਿੰਘ ਜੀ। ਕਿਹੜਾ ਪਿੰਡ ਹੈ? ਪਿੰਡ ਉਗੋਕੇ ਜੀ। ਉਗੋਕੇ? ਹਾਂਜੀ। ਕਿਹੜੇ ਜ਼ਿਲ੍ਹੇ 'ਚ ਪੈਂਦਾ ਇਹ? ਬਰਨਾਲਾ ਜ਼ਿਲ੍ਹੇ 'ਚ ਪੈਂਦਾ ਜੀ। ਮੋਬਾਈਲ ਨੰਬਰ ਆਪਣਾ ਕੀ ਹੈ? 9874-9968 ਜੀ। 9874-9968 ਜੀ। 9968 ਤੇ ਇਹ ਜੀ ਐਸ ਪੀ ਕੰਪਨੀ ਦਾ ਅਕਰੋਸ ਹੈ, ਅਕਰੋਸ ਐਕਸ ਹੈ ਜਿਹੜਾ ਤੁਸੀਂ ਆਪਦੇ ਖੇਤ ਦੇ ਵਿੱਚ ਵਰਤਿਆ ਹੈ। ਹਾਂਜੀ ਹਾਂਜੀ। ਤੇ ਇਹਦੇ ਬਾਰੇ ਤੁਸੀਂ ਥੋੜਾ ਦੱਸਣਾ ਚਾਹੋਗੇ ਵੀ ਇਹਨੇ ਕੀ ਕੰਮ ਕੀਤਾ ਹੈ, ਕਿਵੇਂ ਕੰਮ ਕੀਤਾ ਹੈ, ਕੀ ਰਿਜ਼ਲਟ ਇਹਦਾ ਰਿਹਾ? ਪਿਛਲੇ ਵਾਰ ਵੀ ਛਿੜਕਿਆ ਸੀਗਾ ਜੀ ਆਪਾਂ। ਅੱਛਾ ਜੀ। ਬਹੁਤ ਵਧੀਆ ਰਿਜ਼ਲਟ ਰਿਹਾ ਜੀ, ਤੁਰ ਤੱਕ ਝੋਨਾ ਹਰਾ ਰਿਹਾ ਜੀ, 5-6 ਗੱਟੇ ਵੱਧ ਵੀ ਨਿਕਲੇ ਜੀ। ਅੱਛਾ। ਤੇ ਤੇਲਾ ਜਿਹੜਾ ਸੀਗਾ ਉਹ ਕਿੰਨੇ ਦਿਨ ਚ ਕੰਟਰੋਲ ਕਰਤਾ ਇਹਨੇ? ਇਹਨੇ ਦੂਜੇ ਤੀਜੇ ਦਿਨ ਜਮਾਂ ਸਾਫ਼ ਕਰਤਾ ਜੀ, ਤੀਜੇ ਦਿਨ। ਅੱਛਾ। ਤੇ ਤੇਲਾ ਸੀਗਾ, ਵਾਹਵਾ ਸੀਗਾ? ਤੇਲਾ ਵਾਹਵਾ ਸੀਗਾ ਜੀ, ਐਤਕੀ ਵਾਰ ਵੀ ਛਿੜਕਿਆ ਜੀ ਅਸੀਂ ਬਾਸਪਤੀ ਤੇ ਇਹ। ਅੱਛਾ। ਤੇਲਾ ਸੀਗਾ ਜੀ, ਤੀਜੇ ਦਿਨ ਇਹਨੇ ਸਾਫ਼ ਕਰਤਾ, ਤੀਜੇ ਦਿਨ ਜਮਾਂ ਸਾਫ਼ ਕਰਤਾ। ਹਾਂਜੀ ਹਾਂਜੀ। ਅੱਛਾ ਜੀ। ਤੇ ਕਿੰਨੇ ਕਿੱਲੇ ਦੀ ਖੇਤੀ ਕਰਦੇ ਹੋ ਤੁਸੀਂ? ਅਸੀਂ 80 ਕਿੱਲਿਆਂ ਦੀ ਕਰਦੇ ਜੀ। 80 ਕਿੱਲਿਆਂ ਦੀ ਖੇਤੀ ਕਰਦੇ ਹੋ? ਤੇ ਕੋਈ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੋਗੇ ਤੁਸੀਂ ਵੀ ਇਸ ਦਵਾਈ ਬਾਰੇ, ਜੀ ਐਸ ਪੀ ਕੰਪਨੀ ਦੇ ਅਕਰੋਸ ਬਾਰੇ ਕੁਛ? ਹਾਂਜੀ ਹਾਂਜੀ, ਅਸੀਂ ਤਾਂ ਇਹ ਕਹਿੰਦੇ ਜੀ ਇਹ ਦਵਾਈ ਛਿੜਕੋ, ਬਹੁਤ ਵਧੀਆ ਦਵਾਈ ਹੈ, ਰਿਜ਼ਲਟ ਵਧੀਆ, ਝਾੜ ਵਧੀਆ ਨਿਕਲੂਗਾ ਜੀ। ਤੇ ਤੁਸੀਂ ਵਰਤ ਗਏ ਵੀ ਜਿਹੜੀ 2 ਸਾਲ ਤੋਂ ਤੁਸੀਂ ਇਹਨੂੰ? ਦੂਜੇ ਸਾਲ ਅਸੀਂ ਵਰਤੀ ਹੈ ਜੀ। ਅੱਛਾ, ਦੂਜੇ ਸਾਲ ਐਤਕੀ ਵਰਤੀ ਹੈ? ਹਾਂਜੀ ਹਾਂਜੀ। ਰਹਿੰਦਾ ਵਾਹਣਾ ਜੀ ਉਹ ਤੇ ਵੀ ਇਹੀ ਛਿੜਕਾਂਗੇ। ਅੱਛਾ, ਜਿਹੜਾ ਹੁਣ ਬਾਣ ਰਹਿੰਦਾ ਹੈ ਉਹ ਤੇ ਵੀ ਤੁਸੀਂ ਇਹੀ ਛਿੜਕੋਗੇ? ਹਾਂਜੀ। ਕਿੰਨੇ ਬਾਣ ਤੇ ਛਿੜਕ ਚੁੱਕੇ ਹਲੇ ਤੱਕ? ਇਹਦੂ ਪਹਿਲਾਂ 12 ਕਿੱਲਿਆਂ ਤੇ ਛਿੜਕੀ ਹੈ ਜੀ। 12 ਤੇ ਛਿੜਕੀ ਹੈ ਤੇ ਹੁਣ ਬਾਕੀ ਜਿਹੜਾ ਰਹਿੰਦਾ ਹੈ ਉਹ ਤੇ ਸਾਰੇ ਤੇ ਇਹੀ ਪਾਉਣੀ ਹੈ ਜੀ, ਸਾਰੇ ਤੇ ਅਕਰੋਸ ਐਕਸ ਹੀ ਪਾਉਣੀ ਹੈ। ਹਾਂਜੀ। ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ। ਓਕੇ।